ਐਸਟੀਐਫ ਲੁਧਿਆਣਾ ਰੇਂਜ ਦੀ ਪੁਲਿਸ ਲੁਧਿਆਣਾ ਦੇ ਨਿਰਮਲ ਪੈਲੇਸ ਰੋਡ ਦੀ ਨਸ਼ਾ ਤਸਕਰਾਂ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਇੱਕ 55 ਸਾਲਾ ਮਹਿਲਾ ਤਸਕਰ ਨੂੰ 440 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਐਸਟੀਐਫ ਦੀ ਇਸ ਕਾਰਵਾਈ ਤੋਂ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਲੋਕਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਇਲਾਕਾ ਵਾਸੀਆਂ ਨੇ ਪੁਲਿਸ ਦੇ ਧੰਨਵਾਦ ਦੇ ਨਾਲ ਨਾਲ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਸਾਰਿਆਂ ਨੂੰ ਪੁਲਿਸ ਨਾਲ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਕਿ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢਿਆ ਜਾ ਸਕੇ ਅਤੇ ਨਸ਼ਾ ਤਸਕਰਾਂ ਨੂੰ ਰੋਕਿਆ ਜਾ ਸਕੇ। ਦੂਜੇ ਪਾਸੇ ਇੰਸਪੈਕਟਰ ਹਰਵੰਤ ਸਿੰਘ ਨੇ ਦੱਸਿਆ ਹੈ ਕਿ ASI ਰਾਮਪਾਲ ਕੋਲ ਸੂਚਨਾ ਸੀ ਕਿ ਇੱਕ ਐਕਟਿਵਾ ਸਵਾਰ ਮਹਿਲਾ ਡਾਬਾ ਰੋਡ ਤੋਂ ਨਿਰਮਲ ਪੈਲੇਸ ਕੋਲ ਹੀਰੋਇਨ ਦੀ ਸਪਲਾਈ ਦੇਣ ਆ ਰਹੀ ਹੈ, ਜਿਸ 'ਤੇ ਕਾਰਵਾਈ ਕਰਦਿਆਂ ਸਪੈਸ਼ਲ ਨਾਕਾਬੰਦੀ ਕਰਦੇ ਉਪ ਮਹਿਲਾ ਨੂੰ 440 ਗ੍ਰਾਮ ਹੀਰੋਇਨ ਸਮੇਤ ਕਾਬੂ ਕਰ ਲਿਆ। ਹਰਬੰਸ ਸਿੰਘ ਨੇ ਕਿਹਾ ਕਿ ਆਰੋਪੀ ਮਹਿਲਾ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਉਸਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ 'ਤੇ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਆਸ ਹੈ। ਕੱਲ੍ਹ ਸਾਡੀ ਐਸਟੀਐਫ ਲੁਧਿਆਣਾ ਰੇਂਜ ਦੀ ਟੀਮ ਦੇ ASI ਰਾਮਪਾਲ ਸਿੰਘ ਅਤੇ ਇਹਦੇ ਹੋਰ ਸਾਥੀਆਂ ਦੇ ਨਿਰਮਲ ਪੈਲਸ ਰੋਡ ਨੇੜੇ ਕੁਆਲਿਟੀ ਧਰਮ ਕੰਡਾ ਨਾਕਾਬੰਦੀ ਕੀਤੀ ਹੋਈ ਸੀਗੀ, ਜਿਸ ਪਾਸ ਮੁਖਬਰੀ ਹੋਈ ਕਿ ਇੱਕ ਔਰਤ ਸੁਖਵਿੰਦਰ ਕੌਰ ਉਰਫ ਲਾਲੀ ਪਤਨੀ ਸੁਖਦੇਵ ਸਿੰਘ ਵਾਸੀ ਕਬੀਰ ਨਗਰ ਡਾਬਾ ਰੋਡ ਲੁਧਿਆਣਾ ਜੋ ਨਸ਼ੇ ਦੀ ਤਸਕਰੀ ਦਾ ਨਜਾਇਜ਼ ਧੰਦਾ ਕਰਦੀ ਆ, ਜਿਸ ਦੇ ਬਰਕਲਾ ਪਹਿਲਾਂ ਵੀ ਕਾਫੀ ਮੁਕੱਦਮੇ ਹੈਰੋਇਨ ਦੀ ਤਸਕਰੀ ਅਤੇ ਨਸ਼ੇ ਦੀ ਤਸਕਰੀ ਦੇ ਦਰਜ ਹਨ, ਜਿਸ ਨੇ ਹੁਣ ਆਪਣੀ ਸਕੂਟਰੀ ਦੇ ਉੱਪਰ ਫੋਕਲ ਪੁਆਇੰਟ ਏਰੀਏ ਦੇ ਵਿੱਚ ਹੈਰੋਇਨ ਦੀ ਸਪਲਾਈ ਦੇਣ ਲਈ ਜਾਣਾ ਹੈ। ਜੋ ਬੁਖਰੀ ਪੱਕੀ ਹੋਣ 'ਤੇ ASI ਰਾਮਪਾਲ ਸਿੰਘ ਨੇ ਸਾਡੇ ਐਸਟੀਐਫ ਥਾਣਾ ਫੇਜ 4 ਮੋਹਾਲੀ ਮੁਕੱਦਮਾ ਨੰਬਰ 29 NDPS ਐਕਟ ਦਰਜ ਕਰਾ ਕੇ ਮੌਕਾ ਪਰ ਮਾਨਯੋਗ DSP ਸਾਹਿਬ ਐਸਟੀਐਫ ਲੁਧਿਆਣਾ ਜੀ ਨੂੰ ਕਾਲ ਕਰਕੇ ਬੇਨਤੀ ਕਰਕੇ ਬੁਲਾਇਆ। ਜਦੋਂ ਉੱਥੇ ਸਪੈਸ਼ਲ ਨਾਕਾਬੰਦੀ ਕੀਤੀ ਤਾਂ ਨਾਕਾਬੰਦੀ ਦੌਰਾਨ ਇਹ ਔਰਤ ਆਪਣੀ ਐਕਟਿਵਾ ਸਕੂਟਰੀ ਪਰ ਸਵਾਰ ਹੋ ਕੇ ਆਪਣੇ ਘਰ ਵੱਲੋਂ ਆਈ, ਜਿਸ ਨੂੰ ਪੁਲਿਸ ਪਾਰਟੀ ਨੇ ਜਦੋਂ ਰੋਕ ਕੇ ਇਹਦੀ ਕਾਨੂੰਨ ਅਨੁਸਾਰ ਤਲਾਸ਼ੀ ਕੀਤੀ ਤਾਂ ਇਹਦੇ ਪਾਸੋਂ 440 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਨੂੰ ਉਸ ਮੁਕੱਦਮੇ ਦੇ ਵਿੱਚ ਗ੍ਰਿਫਤਾਰ ਕਰਕੇ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ। ਇਹਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਸੀਂ ਇਹ ਪਤਾ ਲਗਾਵਾਂਗੇ ਵੀ ਇਹਦੀ ਪਾਈਪਲਾਈਨ ਇਹ ਕਿੱਥੋਂ ਸਪਲਾਈ ਲੈਂਦੀ ਆ ਅਤੇ ਕਿੱਥੇ ਕਿੱਥੇ ਸਪਲਾਈ ਦਿੰਦੀ ਹੈ, ਇਸ ਧੰਦੇ ਦੇ ਵਿੱਚ ਇਹਦੇ ਨਾਲ ਹੋਰ ਕਿਹੜੇ ਕਿਹੜੇ ਵਿਅਕਤੀ ਸ਼ਾਮਲ ਹਨ। ਇਸ ਦੇ ਜੋ ਹੁਣ ਤੱਕ ਦੀ ਪੁੱਛਗਿੱਛ ਦੇ ਰਿਕਾਰਡ ਤੋਂ ਇਹ ਪਤਾ ਲੱਗਿਆ ਵੀ ਇਹਨਾਂ ਇਸ ਦੇ ਬਰਖਿਲਾਫ਼ ਅਤੇ ਇਸ ਦੇ ਪਰਿਵਾਰ ਦੇ ਬਰਖਿਲਾਫ਼ ਕਰੀਬ 6-7 ਮੁਕੱਦਮੇ NDPS ਐਕਟ ਦੇ ਦਰਜ ਹਨ ਅਤੇ ਇੱਕ ਇਸਦੇ ਲੜਕਾ ਲਵਪ੍ਰੀਤ ਸਿੰਘ ਉਰਫ ਸਨੀ ਜਿਸਨੇ ਕਰੀਬ 1.5-2 ਸਾਲ ਪਹਿਲਾਂ ਸਾਡੇ ਇੱਕ ਪੁਲਿਸ ਅਫਸਰ 'ਤੇ ਜੋ ਨਸ਼ੇ ਦੇ ਤਸਕਰਾਂ ਦੀ ਤਲਾਸ਼ ਦੇ ਸੰਬੰਧ ਵਿੱਚ ਨਾਕਾਬੰਦੀ ਪਰ ਹਾਜ਼ਰ ਸੀ, ਉਸ ਪਰ ਵੀ ਇਹਨੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਸੀ। ਉਹ ਹੁਣ ਹੈਵੀ ਕੁਆਂਟਿਟੀ ਦੇ ਵਿੱਚ ਹੈਰੋਇਨ ਫੜੇ ਜਾਣ 'ਤੇ ਕੇਂਦਰੀ ਜੇਲ੍ਹ ਲੁਧਿਆਣਾ ਦੇ ਵਿੱਚ ਬੰਦ ਹੈ। ਸਰ, ਏਰੀਏ ਦੇ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਹੈ ਵੀ ਨਸ਼ਾ ਤਸਕਰ ਜਿਹੜੀ ਲੇਡੀਜ਼ ਫੜੀ ਗਈ ਹੈ, ਲੋਕਾਂ ਨੇ ਲੱਡੂ ਵੰਡੇ ਆ ਔਰ ਕਾਫੀ ਖੁਸ਼ੀ ਮਨਾਈ ਔਰ ਸਾਨੂੰ ਵੀ ਕਈ ਫੋਨ ਆਏ ਨੇ, ਕਈਆਂ ਨੇ ਦੱਸਿਆ ਵੀ ਬਹੁਤ ਲੋਕ ਖੁਸ਼ ਨੇ, ਉਹਨਾਂ ਨੇ ਦੱਸਿਆ ਵੀ ਸਾਡਾ ਇਸ ਮੁਹੱਲੇ ਵਿੱਚ ਅਤੇ ਇਲਾਕੇ ਦੇ ਵਿੱਚ ਇਹਨਾਂ ਨੇ ਇੰਨੀ ਨਸ਼ਾ ਤਸਕਰੀ ਦਾ ਉਹ ਕਰ ਰਹੇ ਸੀਗੇ ਕਿ ਜੋ ਆਮ ਪਬਲਿਕ ਰਾਹਗੀਰ ਇਲਾਕੇ ਦੇ ਨਿਵਾਸੀ ਬਹੁਤ ਜ਼ਿਆਦਾ ਦੁਖੀ ਸਨ ਇਹਨਾਂ ਤੋਂ, ਉਹ ਬਹੁਤ ਖੁਸ਼ੀ ਜ਼ਾਹਰ ਕਰ ਰਹੇ ਨੇ ਜਿਨ੍ਹਾਂ ਨੇ ਸਾਨੂੰ ਫੋਨ ਕਰਕੇ, ਕਈਆਂ ਨੇ ਆਪਣੀ ਖੁਸ਼ੀ ਜ਼ਾਹਰ ਵੀ ਕੀਤੀ ਆ।